ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੁਛ ਅਜੀਬ ਫਲਾਂ ਦੇ ਬਾਰੇ। ਇਹ ਫਲ ਇੰਨੇ ਅਜੀਬ ਹੁੰਦੇ ਹਨ ਕਿ ਪਹਿਲੀ ਵਾਰ ਵੇਖਣ ਵਿੱਚ ਇਹ ਧਰਤੀ ਦੇ ਲੱਗਦੇ ਹੀ ਨਹੀਂ। ਚਲੋ ਦੋਸਤੋ, ਆਪਾਂ ਵੀਡੀਓ ਸਟਾਰਟ ਕਰਦੇ ਹਾਂ, ਅਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰੋ ਇਹੋ ਜਿਹੀ ਹੋਰ ਵੀਡੀਓ ਵੇਖਣ ਲਈ। ਪਹਿਲੇ ਨੰਬਰ 'ਤੇ ਹੈ ਜੀ ਕਿਵਾਨੋ। ਕਿਵਾਨੋ ਨੂੰ ਅਫਰੀਕਨ ਹੋਰਨ ਦੇ ਨਾਂ ਨਾਲ ਵੀ ਜਾਂਦਾ ਹੈ। ਇਹ ਅਫਰੀਕਾ ਵਿੱਚ ਮਿਲਦਾ ਹੈ। ਇਹ ਫਲ ਬਾਹਰੋਂ ਪਪੀਤੇ ਵਾਂਗ ਅਤੇ ਅੰਦਰੋਂ ਖੀਰੇ ਵਾਂਗ ਲੱਗਦਾ ਹੈ। ਇਹ ਫਲ ਅਤੇ ਇਸ ਦਾ ਛਿਲਕਾ ਬਹੁਤ ਲਾਭਦਾਇਕ ਹੈ ਸਰੀਰ ਵਾਸਤੇ। ਅਗਲੇ ਨੰਬਰ 'ਤੇ ਹੈ ਜੀ ਰੈਂਬੂਟੈਨ। ਰੈਂਬੂਟੈਨ ਇਹ ਖਿਡੌਣੇ ਵਾਂਗ ਲੱਗਦਾ ਹੈ, ਪਰ ਇਹ ਸਰੀਰ ਲਈ ਬਹੁਤ ਲਾਭਦਾਇਕ ਹੈ। ਇਹ ਫਲ ਗਰਮ ਵਾਤਾਵਰਣ ਵਿੱਚ ਪਾਇਆ ਜਾਂਦਾ ਹੈ। ਅਗਲੇ ਨੰਬਰ 'ਤੇ ਹੈ ਜੀ ਪਟਾਇਆ। ਪਟਾਇਆ ਨੂੰ ਡਰੈਗਨ ਫਰੂਟ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਥਾਈਲੈਂਡ, ਇੰਡੋਨੇਸ਼ੀਆ ਜਿਹੇ ਜਗ੍ਹਾ ਵਿੱਚ ਪਾਇਆ ਜਾਂਦਾ ਹੈ। ਇਹ ਸਰੀਰ ਲਈ ਬਹੁਤ ਲਾਭਦਾਇਕ ਹੈ। ਚੌਥੇ ਨੰਬਰ 'ਤੇ ਹੈ ਜੀ ਲਾਲ ਕਿਲਾ। ਪੀਲਾ ਕਿਲਾ ਤੁਸੀਂ ਜ਼ਰੂਰ ਖਾਧਾ ਹੋਣਾ, ਪਰ ਤੁਸੀਂ ਲਾਲ ਕਿਲਾ ਵੇਖਿਆ ਵੀ ਨਹੀਂ ਹੋਣਾ। ਇਹ ਸਿਰਫ ਰੰਗ ਵਿੱਚ ਫਰਕ ਨਹੀਂ, ਬਲਕਿ ਇਹ ਪੀਲੇ ਕਿਲੇ ਨੂੰ ਕਿਤੇ ਸਵਾਦ ਹੁੰਦਾ। ਦੋਸਤੋ, ਅੱਜ ਦੀ ਵੀਡੀਓ ਇੱਥੇ ਤੱਕ ਸੀ। ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ। ਇਹ ਜਿਹੀ ਵੀਡੀਓ ਹੋਰ ਵੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।